ਯਾਰ ਇਹਦੇ ਵਿੱਚ ਇੱਕ ਬੱਚਾ ਹੈ ਨੀਰਜ ਕੁਮਾਰ, ਸਾਨੂੰ ਅਨਿਲ ਕੁਮਾਰ, ਆਪਣਾ ਪਟਿਆਲਾ ਰਾਜ ਕਾਲੋਨੀ ਵਿੱਚ ਰਹਿੰਦਾ ਹੈ, 17 ਸਾਲ ਇਹਦੀ ਉਮਰ ਹੈ, ਅਤੇ ਇਹ ਧੂਮ ਵਾਲੇ ਸਟੰਟਸ ਰੋਡ 'ਤੇ ਕਰ ਰਿਹਾ ਸੀਗਾ, ਅਤੇ ਮਹਿੰਗਾ ਮੋਟਰਸਾਈਕਲ ਹੈ ਇਹਦੇ ਕੋਲ, ਅਤੇ ਇਸ ਸੰਬੰਧੀ ਅਸੀਂ ਇਹਦਾ 207 ਵਿੱਚ ਵਹੀਕਲ ਬੰਦ ਕੀਤਾ ਹੈ, ਅਤੇ ਮੇਰੀ ਤਾਂ ਸਾਰਿਆਂ ਨੂੰ ਯੰਗਸਟਰਸ ਨੂੰ ਇਹੀ ਅਪੀਲ ਹੈ ਕਿ ਇਹੋ ਜਿਹੇ ਸਟੰਟਸ ਵਗੈਰਾ ਨਾ ਕਰਨ, ਸੋ ਦੈਟ ਇੱਕ ਤਾਂ ਆਪਦੇ ਆਪ ਦੀ ਖੁਦ ਦੀ ਜਾਨ ਨੂੰ ਖਤਰਾ, ਅਤੇ ਹੋਰ ਰਾਹਗੀਰਾਂ ਦੀ ਜਾਨ ਨੂੰ ਵੀ ਇਸ ਸੰਬੰਧੀ ਤਕਲੀਫ ਹੋ ਸਕਦੀ ਹੈ। ਜਿਹੜੇ ਮੋਟਰਸਾਈਕਲ 'ਤੇ ਰੋਜ਼ ਪਟਿਆਲਾ ਪੁਲਿਸ ਬੜੀ ਸਟ੍ਰਿਕਟਲੀ, ਸਾਡੇ ਸੀਨੀਅਰ ਕਪਤਾਨ ਪੁਲਿਸ ਸਾਹਿਬ ਦੀ ਬੜੀ ਸਟ੍ਰਿਕਟ ਇੰਸਟਰਕਸ਼ਨਸ ਨੇ, ਕੋਈ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਅਤੇ ਹਰ ਰੋਜ਼ ਉਹਨਾਂ ਦੇ ਜਿਹੜੇ ਪਟਾਕੇ ਮਾਰਦੇ ਨੇ ਬੁਲਟ, ਉਹਨਾਂ ਦੇ ਚਲਾਨ ਵਗੈਰਾ ਕੀਤੇ ਜਾਂਦੇ ਨੇ, ਵਹੀਕਲ ਇੰਪਾਊਂਡ ਕੀਤੇ ਜਾਂਦੇ ਨੇ। ਮੈਂ ਤੁਹਾਨੂੰ ਇਸ ਤੋਂ ਪਹਿਲਾਂ ਮੈਂ ਦੱਸ ਰਿਹਾ ਸੀ ਉਹ ਵਹੀਕਲ ਵੀ ਅਸੀਂ ਇੰਪਾਊਂਡ ਕੀਤਾ ਅਤੇ ਬੰਦਯੋਗ ਕਾਰਵਾਈ ਕੀਤੀ ਗਈ ਹੈ। ਨਹੀਂ, ਦੁਕਾਨਦਾਰਾਂ ਦਾ ਤਾਂ ਨਹੀਂ ਹੁਣ ਸਾਨੂੰ ਇਸ ਸੰਬੰਧੀ ਪਤਾ ਲੱਗ ਸਕਦਾ ਸੋ ਫਾਰ, ਪਰ ਜਿਹੜੇ ਬੰਦੇ ਨੇ ਵੀ ਮੋਡੀਫਾਈ ਕੀਤੇ ਨੇ ਉਹ ਆਪਦੇ ਲੈਵਲ 'ਤੇ ਹੀ ਕਰਦੇ ਨੇ ਨਾ, ਕਿਉਂਕਿ ਦੁਕਾਨਦਾਰ ਤਾਂ ਕੋਈ ਇਹੋ ਜਿਹੀ ਚੀਜ਼ ਮੈਨੂੰ ਲੱਗਦਾ ਨਹੀਂ ਵੇਚਦਾ ਹੋਊਗਾ, ਇਹ ਤਾਂ ਆਪ ਹੀ ਫਰਦਰ ਆਪ ਮੋਡੀਫਾਈ ਕਰਦੇ ਆ ਲੋਕਲ ਲੈਵਲ 'ਤੇ।